आप देख रहे हो सांझ टीवी न्यूज पोर्टल। देश ते विदेश च बैठे पंजाबी इत्थे अपनी मां धरती नहीं भुलदे ते बहुत ही नेक कमाई करदे लोक भलाई दे काम कर रहे हन। ओह जदों किसे नाल अनहोनी वापर जांदी है ते उस दी माली मदद करन तों पिछे नहीं हटदे, जिस दी मिसाल अज पिंड नडाला विखे वेखण नूं मिली। वर्ल्ड वाइड स्कोप वेलफेयर सोसाइटी यूके दे सरप्रस्त सतनाम सिंह बाड़ा, बिंदू जोहल यूके, निक मसाणी यूके संस्था ने पिंड नडाला दे सुनील कुमार पुत्र दविंदर कुमार, जो उस हालत गलत एजेंट दे हत्थे चढ़ के अमरीका जा रहा सी, अमरीका दे रस्ते विच ही उसकी मौत हो गई सी। उसके पिता नूं अज सुनील कुमार दे भोग ते 50,000 दी बतौर मदद करके संस्था दे चेयरमैन सरपंच हरदीप सिंह तग्गड़ ने यह राशि भेंट की। उन्होंने इस मौके होर विदेश च बनिया संस्था नूं भी इस गरीब परिवार की मदद करन लई कहा, जिन्हां दा इको एक पुत्र सी ते गलत एजेंट नूं 19 लाख रुपए कर्जा चक के दिते सी ते उन्हां दी आर्थिक हालत बहुत माड़ी है। उन्होंने मदद करन लई बेनती की है कि इस मौके सुनील कुमार दीआं दो भैणां जो कुवारियां हन उन्हां दी मदद करन दा भरोसा दवाया है। उन्होंने NRI भरावां नूं जो पहला भी इस तरह की मदद करते आ रहे हैं, उन्होंने बेनती की है कि इस परिवार की वध तो वध मदद की जाए ਅਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਪਿਛਲੇ ਦਿਨੀ ਜੋ ਨਡਾਲਾ ਪਿੰਡ ਦੇ ਨੌਜਵਾਨ ਸੁਨੀਲ ਕੁਮਾਰ ਆਪਣੇ ਪਿੰਡ ਤੋਂ 19 ਲੱਖ ਰੁਪਏ ਦੇ ਕੇ ਫਰਜ਼ੀ ਏਜੰਟ ਤੋਂ ਅਮਰੀਕਾ ਜਾਣਾ ਚਾਹੁੰਦੇ ਸੀ, ਪਰ ਉੱਥੋਂ ਪਨਾਮਾ ਦੇ ਜੰਗਲਾਂ ਦੇ ਵਿੱਚ ਜਾਲੀ ਏਜੰਟਾਂ ਨੇ ਉਸਦਾ ਕਤਲ ਕਰ ਦਿੱਤਾ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਅਸੀਂ ਜਦੋਂ ਮੀਡੀਆ ਦੇ ਵਿੱਚ ਖਬਰਾਂ ਵੇਖੀਆਂ ਤਾਂ ਦੱਸਿਆ ਗਿਆ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੀ ਕਿਰਾਏ 'ਤੇ ਮਕਾਨ 'ਤੇ ਰਹਿ ਰਹੇ ਆ ਅਤੇ ਉਹਨਾਂ ਦੀਆਂ ਦੋ ਜਵਾਨ ਭੈਣਾਂ ਹਨ। ਬਹੁਤ ਹੀ ਗਰੀਬੀ ਸੀ, ਪਰ ਕਰਜ਼ੇ 'ਤੇ 19 ਲੱਖ ਰੁਪਈਆ ਚੱਕ ਕੇ ਆਪਣੇ ਬੱਚੇ ਨੂੰ ਭੇਜਿਆ, ਪਰ ਰਸਤੇ ਵਿੱਚ ਉਸਦੀ ਜਿਹੜੀ ਕਿ ਮੌਤ ਹੋ ਗਈ। ਸੋ ਵਰਲਡ ਵਾਈਡ ਸਕੋਪ ਵੈਲਫੇਅਰ ਸੋਸਾਇਟੀ ਯੂਕੇ ਦੇ ਸਰਪ੍ਰਸਤ ਸਰਦਾਰ ਸਤਨਾਮ ਸਿੰਘ ਬਾੜਾ, ਪਿੰਦੂ ਜੋਲ ਯੂਕੇ, ਨਿੱਕ ਮਸਾਣੀ ਯੂਕੇ, ਸੋ ਨਿੱਕ ਭਾਅ ਜੀ ਹੁਣਾਂ ਦਾ ਫੋਨ ਆਇਆ ਅਤੇ ਉਹਨਾਂ ਨੇ ਵੀ ਜਿਹੜਾ ਕਿ ਪਰਿਵਾਰ ਦੀਆਂ ਜੋ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੇਖੀਆਂ ਅਤੇ ਉਹਨਾਂ ਦਾ ਵੀ ਬੜਾ ਮਨ ਭਰਿਆ ਅਤੇ ਉਹਨਾਂ ਨੇ ਜਿਹੜਾ ਕਿ ਸਾਨੂੰ ਕਿਹਾ ਕਿ ਉਹਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਵਰਲਡ ਵਾਈਡ ਸਕੋਪ ਸੰਸਥਾ ਵੱਲੋਂ 50,000 ਰੁਪਏ ਸੁਨੀਲ ਕੁਮਾਰ ਦੇ ਪਰਿਵਾਰ ਨੂੰ ਜਿਹੜਾ ਕਿ ਇੱਕ ਤੁਸ਼ ਜਿਹੀ ਰਾਸ਼ੀ ਭੇਟ ਕਰਨੀ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੀ, ਕਿਉਂਕਿ ਸੁਨੀਲ ਕੁਮਾਰ ਨੇ ਵਾਪਸ ਤਾਂ ਨਹੀਂ ਆ ਜਾਣਾ, ਪਰ ਜੋ ਉਹਨਾਂ ਦੇ ਕਰਜ਼ਾ ਹੈ, ਜੋ ਉਹਨਾਂ ਦੇ ਘਰ ਦੀ ਮਾਲੀ ਸਹਾਇਤਾ, ਉਸ ਨੂੰ ਜ਼ਰੂਰ ਜਿਹੜਾ ਕਿ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਸਾਰੇ ਹੀ NRI ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਦੂ ਜੋਲ UK ਅਤੇ ਨਿੱਕ UK ਸਤਨਾਮ ਸਿੰਘ ਬਾੜਾ ਵਾਹ ਜਿੱਦਾਂ ਇਹਨਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਆ, ਸੋ ਵੱਧ ਤੋਂ ਵੱਧ NRI ਇਸ ਪਰਿਵਾਰ ਦੀ ਮਦਦ ਕਰਨ ਤਾਂ ਜੋ ਕਿ ਇਸ ਪਰਿਵਾਰ ਦਾ ਜਿਹੜਾ ਕਿ ਮਾਲੀ ਸਹਾਇਤਾ ਕੀਤੀ ਜਾ ਸਕੇ। ਸੋ ਬਹੁਤ NRI ਹਨ ਜਿਨ੍ਹਾਂ ਨੇ ਪਹਿਲਾਂ ਵੀ ਮਦਦ ਕੀਤੀ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਦਿਨੀ ਪਿੰਡ ਨਡਾਲਾ ਦੇ ਵਿੱਚ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਇੱਕ ਭੋਲਾ ਭਾਲਾ ਪਰਿਵਾਰ ਇਹਨਾਂ ਕਾਤਲ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਹੋਇਆ, ਜਿਸ ਦੇ ਵਿੱਚ ਪਰਿਵਾਰ ਦਾ ਹੋਣਹਾਰ ਪੁੱਤਰ ਸੁਨੀਲ ਕੁਮਾਰ, ਪੁੱਤਰ ਦਵਿੰਦਰ ਕੁਮਾਰ ਇਹਨਾਂ ਦੇ ਝਾਂਸੇ ਵਿੱਚ ਆ ਕੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਹੈ। ਪਹਾੜ ਦੇ ਦੁੱਖਾਂ ਦਾ ਇਸ ਪਰਿਵਾਰ ਉੱਤੇ ਟੁੱਟਿਆ ਹੀ ਹੈ, ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਇਸ ਫਾਨੀ ਸੰਸਾਰ ਵਿੱਚੋਂ ਚਲਾ ਗਿਆ ਹੈ ਅਤੇ ਪਰਿਵਾਰ ਦੀ ਮਾਲੀ ਹਾਲਤ ਵੀ ਕਾਫੀ ਕਮਜ਼ੋਰ ਸੀ, ਪਰਿਵਾਰ ਗਰੀਬੀ ਦੇ ਦਿਨ ਕੱਟ ਰਿਹਾ ਹੈ ਅਤੇ ਕਿਸੇ ਤਰੀਕੇ ਨਾਲ ਬੇਟੇ ਦੀ ਜਿੱਦ ਪੂਰੀ ਕਰਨ ਦੀ ਖਾਤਰ ਉਹਨਾਂ ਨੇ ਸਟੈਪ ਉਠਾਇਆ ਸੀ ਕਿ 19 ਲੱਖ ਰੁਪਏ ਏਜੰਟਾਂ ਦੀ ਝੋਲੀ ਦੇ ਵਿੱਚ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਵਾਸਤੇ ਸਿੱਟਿਆ ਸੀ। ਅੱਜ ਉਹਨਾਂ ਦਾ 19 ਲੱਖ ਰੁਪਈਆ ਵੀ ਡੁੱਬ ਗਿਆ ਅਤੇ ਬੇਟਾ ਵੀ ਉਹਨਾਂ ਦਾ ਨਹੀਂ ਰਿਹਾ। ਅਤੇ ਇਹ ਸਾਰੀ ਚੀਜ਼ਾਂ ਨੂੰ ਨੋਟ ਕਰਦੇ ਹੋਏ ਮੇਰੇ NRI ਵੀਰਾਂ ਨੇ ਅਤੇ ਇੰਗਲੈਂਡ ਦੇ ਵਿੱਚ ਵਰਲਡ ਵਾਈਡ ਸਕੋਪ ਸੰਸਥਾ ਵੱਲੋਂ ਵੀ 50,000 ਰੁਪਈਆ ਫੈਮਿਲੀ ਵੱਲੋਂ ਦਿੱਤਾ ਗਿਆ ਹੈ ਅਤੇ ਹੋਰ ਵੀ ਮਾਈਕ ਸਹਾਇਤਾ ਵੱਖ ਵੱਖ ਕਲੱਬਾਂ ਵੱਲੋਂ, ਵੱਖ ਵੱਖ ਸੰਸਥਾਵਾਂ ਵੱਲੋਂ ਅਤੇ NRI ਭਰਾਵਾਂ ਨੂੰ ਦਿੱਤੀ ਗਈ ਹੈ ਕਿ ਜਿੰਨੀਆਂ ਵੀ ਕਲੱਬਾਂ, ਜਿੰਨੀਆਂ ਵੀ ਸੰਸਥਾਵਾਂ ਔਰ ਖਾਸ ਕਰਕੇ NRI ਜਿਹੜੇ ਇਸ ਗਰੀਬ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਇਆ, ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਨਡਾਲਾ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।